ਮੇਰੇ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਗੱਲਬਾਤ ਕਰ ਰਹੇ ਹਾਂ ਕੇਂਦਰੀ ਮੰਤਰੀ ਬਜੇ ਸੰਪਲਾਜੀ ਦੇ ਨਾਲ ਸੰਪਲਾਜੀ ਇਹ ਕਿਉਂ ਹੋ ਰਿਹਾ ਹੈ ਕਿ ਜਦੋਂ ਵੀ ਬੀਜੇਪੀ ਚੰਗਾ ਕਰਦੀ ਹੈਗੇ ਉਹਨੂੰ ਮੋਦੀ ਸਾਹਿਬ ਦਾ ਰੈਫਰੈਂਡਮ ਦੱਸਿਆ ਜਾਂਦਾ ਹੈ ਨਹੀਂ ਤਾਂ ਉਹਨਾਂ ਦੇ ਖਿਲਾਫ ਗੱਲ ਕੀਤੀ ਜਾਂਦੀ ਹੈਗੀ ਜੇ ਹਾਰ ਜਾਂਦੇ ਇਹ ਤਾਂ ਲੋਕਾਂ ਦੀ ਸੋਚਾ ਵੈਸੇ ਤਾਂ ਕਿਉਂਕਿ ਜੋ ਵੀ ਅਸੀਂ ਕੰਮ ਕਰਦੇ ਜੁਆਇੰਟ ਜੁਆਇੰਟਲੀ ਕਰਦੇ ਹਾਂ ਪਰ ਕਿਉਂਕਿ ਸਾਰੀਆਂ ਵਿਰੋਧੀ ਧਿਰਾਂ ਨੂੰ ਇਸ ਸਭ ਤੋਂ ਜ਼ਿਆਦਾ ਘੇਰਨ ਦਾ ਕੰਮ ਜਿਹੜਾ ਨਰਿੰਦਰ ਮੋਦੀ ਜੀ ਦੇ ਰਸਤੇ ਜਿਹੜਾ ਕਵਰਟ ਖੜਾ ਕਰਨਾ ਜ਼ਰੂਰੀ ਰਹਿਤ ਇਸ ਕਰਕੇ ਪ੍ਰਚਾਰ ਦਾ ਮਾਧਿਅਮ ਵੀ ਉਹੀ ਆਉਂਦਾ ਬਾਕੀ ਤਾਂ ਜਦੋਂ ਕੰਮ ਅਸੀਂ ਕਰਦੇ ਆ ਤੇ ਕੋਈ ਵੀ ਚੰਗਾ ਕੰਮ ਕਰਦੇ ਤਾਂ ਉਹਦਾ ਸ਼ਰੇਹ ਤਾਂ ਕਮਾਂਡਰ ਨੂੰ ਹੀ ਜਾਂਦਾ ਨਾ ਪਰ ਹਾਰ ਦਾ ਸ਼ਰੇਹ ਕਿਉਂ ਨਹੀਂ ਹਾਰ ਦਾ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਜਾਂਦਾ ਕਿ ਹਾਰ ਹੋਈ ਹੈ ਤਾਂ ਉਹਨਾਂ ਨੂੰ ਮੈਂ ਜਿਹੜਾ ਹੈ ਕਿ ਸ਼ਰੇਤ ਫੇ ਵੀ ਸਾਰਾ ਟੀਮ ਨਹੀਂ ਕੰਮ ਕਰਨਾ ਹੈ ਕੱਲਾ ਨਾ ਹਾਰ ਦੀ ਲਈ ਕੱਲੀ ਟੀਮ ਹੁੰਦੀ ਹੈ ਜਿੱਤ ਲਈ ਕੱਲੀ ਟੀਮ ਕੱਲਾ ਵਿਅਕਤੀ ਹੁੰਦਾ ਦੋਨਾਂ ਖਾਂ ਦੇ ਵਿੱਚ ਸਾਰੀ ਟੀਮ ਲੱਗੀ ਹੁੰਦੀ ਹੈ ਸੋ ਇਸ ਕਰਕੇ ਕਿਤੇ ਵੀ ਇਹ ਹਾਰ ਕੋਈ ਇੱਕ ਦੋ ਵਿਅਕਤੀਆਂ ਨੂੰ ਛੱਡ ਕੇ ਜਾਂ ਇੱਕ ਦੋ ਚੈਨਲ ਨੂੰ ਛੱਡ ਕੇ ਤਾਂ ਕਹਿ ਸਕਦੇ ਹਾਂ ਅਨਥਾ ਸਾਰੇ ਭਾਜਪਾ ਦੀ ਹਾਰ ਜਾਂ ਭਾਜਪਾ ਦੀ ਜਿੱਤ ਨਹੀਂ ਮੰਦਯੋ ਬਿਹਾਰ ਦੀ ਹਾਰ ਮੋਦੀ ਸਾਹਿਬ ਦੀ ਔਰ ਭਾਜਪਾ ਦੀ ਭਾਜਪਾ ਦੀ ਹਾਰ ਉਦជា ਕੀ ਹੈ ਔਰ ਨੋ ਡਾਊਟ ਕਿ ਤੁਸੀਂ ਹੁਣ ਜੇ ਕਹੋਗੇ ਵੀ ਮੋਦੀ ਜੀ ਦੀ ਹਾਰ ਆ ਤਾਂ ਬੀਜੇਪੀ ਦੇ ਐਸਵੇਲੇ ਸਰਮੌਰ ਮੋਦੀ ਜੀ ਇਸ ਕਰਕੇ ਉਸ ਨਜ਼ਰੀਏ ਨਾਲ ਤੁਸੀਂ ਜ਼ਰੂਰ ਕਹਿ ਸਕਦੇ ਆ ਪਰ ਮੇਰਾ ਮੰਨਣਾ ਹੈ ਕਿ ਇਹ ਹਾਰ ਜਾਂ ਜਿੱਤ ਸਾਰੀ ਇੱਕ ਟੀਮ ਦੀ ਹੁੰਦੀ ਹੈ ਔਰ ਉਹ ਸਾਰੀ ਟੀਮ ਦਾ ਜਿਹੜਾ ਫਤਵਾ ਹੈ ਉਹ ਦੇ ਸ਼ਰੇਹ ਲੈਣਾ ਔਰ ਦੇਣਾ ਦੋਨੇ ਹੀ ਸਾਡੀ ਟੀਮ ਦਾ ਹੈ ਔਰ ਸਮਾਜ ਲੋਕਾਂ ਨੇ ਸਾਨੂੰ ਜਿਹੜਾ ਦਿੱਤਾ ਉਹਦੇ 'ਚ ਸ੍ਰੇ ਅਸੀਂ ਆਪਣਾ ਉਹਦੇ ਸਤਿਕਾਰ ਕਰਦੇ ਹਾਂ ਕਿਤੇ ਨਾ ਕਿਤੇ ਸਾਡੇ ਕੋਲ ਗਲਤੀ ਰਹੀ ਹੋਏਗੀ ਇਨਟੋਲਰੈਂਸ ਦੀ ਗੱਲ ਕਰਦੇ ਹੈਗੇ ਆਂ ਦੇਸ਼ ਦੇ ਵਿੱਚ ਥੋੜੇ ਦਿਨ ਪਹਿਲਾਂ ਸ਼ਾਹਰੂਖ ਖਾਨ ਨੇ ਇਹਦੇ ਖਿਲਾਫ ਗੱਲਬਾਤ ਕੀਤੀ ਉਹਨਾਂ ਦੇ ਮੈਸੇਜ ਆਏ ਟਵੀਟਸ ਆਏ ਔਰ ਕੁਝ ਜਿਹੜੇ ਭਾਜਪਾ ਦੇ ਆਗੂ ਹੈਗੇ ਆ ਉਹਨਾਂ ਨੇ ਪਾਕਿਸਤਾਨ ਤੱਕ ਉਹਨਾਂ ਨੂੰ ਜਾਣ ਦੇ ਲਈ ਕਹਿ ਦਿੱਤਾ ਹੈਗਾ ਤੁਹਾਨੂੰ ਨਹੀਂ ਲੱਗਦਾ ਕਿ ਵਾਕਈ ਇੱਥੇ ਆ ਕਿ ਇਨਟੋਲਰੈਂਸ ਆ ਜਾਂਦੀ ਹੈ ਕਿ ਅਸੀਂ ਇਹ ਇਹਨਾਂ ਵੀ ਨਹੀਂ ਸਹਿਣ ਕਰ ਸਕਦੇ ਕਿ ਇੱਕ ਉਹਨਾਂ ਨੂੰ ਧਰਮ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਕਿ ਉਹ ਮੁਸਲਮ ਨੇ ਤਾਂ ਉਹ ਕੁਝ ਬੋਲ ਵੀ ਨਹੀਂ ਸਕਤੇ ਹੈਗੇ ਦੇਖੋ ਜੇ ਮੈਂ ਹੁਣ ਉਹ ਗੱਲਾਂ ਦੱਸਣ ਲੱਗਾਂਗਾ ਫਿਰ ਤੁਸੀਂ ਕਿਤੇ ਨਾ ਕਿਤੇ ਇਸ ਨੂੰ ਵੀ ਇੰਟਰਫਰੈਂਸ ਨਾਲ ਜੋੜ ਲਓਗੇ ਹਮ ਪਰ ਮੈਂ ਇਹ ਕਹਿਣਾ ਕਿ ਜਦੋਂ ਬਾਕੀ ਸਾਰੀਆਂ ਰਾਜਨੀਤਿਕ ਦਲ ਇਸ ਤੋਂ ਵੀ ਕਿਤੇ ਉੱਤੇ ਜਾ ਕੇ ਖਾਂਦੀਆਂ ਉਸ ਵੇਲੇ ਗੱਲ ਕਿਉਂ ਨਹੀਂ ਹੁੰਦੀ ਇਤਿਹਾਸੀ ਦੰਗੇ ਹੋ ਗਏ 3000 ਸਿੱਖਾਂ ਦਾ ਕਤਲੇਆਮ ਹੋ ਗਿਆ ਉਸ ਵੇਲੇ ਕਿਤੇ ਨਹੀਂ ਟੋਲਰੈਂਸ ਆਈ ਹੋਰ ਇੰਨੇ ਮੁੱਦੇ ਹੋ ਗਏ ਜਿੰਨੇ ਵੀ ਸਾਡੇ ਜਦੋਂ ਵੀ ਭਾਰਤੀ ਜਨਤਾ ਪਾਰਟੀ ਦਾ ਸ਼ਾਸਨ ਹੁੰਦਾ ਉਦੋਂ ਤੱਕ ਕ੍ਰਿਮੀਨਲ ਰਾਈਟ ਹੁੰਦੇ ਨਹੀਂ ਜਦੋਂ ਉਹ ਹੋ ਜਾਂਦੀ ਹੈ ਤੇ ਇਹ ਬਿਨਾਂ ਟੋਲਰੈਂਸ ਤੋਂ ਹੋ ਜਾਂਦੀ ਹੈ ਇਹ ਸਾਰੀ ਸਿਰਫ ਅੱਜ ਦੀ ਡੇਟ ਦੇ ਵਿੱਚ ਇੱਕ ਛੜਜੰਤਰ ਦੇ ਰੂਪ ਦੇ ਵਿੱਚ ਪ੍ਰਚਾਰ ਕੀਤਾ ਗਿਆ ਜਦੋਂ ਇਹ ਡੇਟ ਹੋ ਗਿਆ ਸੀ ਐ ਲੋਕਾਂ ਦੇ ਬਿਆਨ ਉਦੋਂ ਕਿਉਂ ਨਹੀਂ ਆਏ ਇਹ ਜਦੋਂ ਇਹੜੇ ਬਿਆਨ ਹੋਗਾ ਸੀ ਕਿ ਉਹ ਜੀ ਇੱਕ ਦਰਖਤ गिरता ਹੈ ਤਾਂ ਧਰਤੀ ਹਿਲਦੀ ਹੈ ਇਹਨੂੰ ਕਿਤੇ ਇੰਟੋਲਰੈਂਸ ਨਹੀਂ ਮੰਨਿਆ ਇਹ ਉਸ ਵੇਲੇ ਕਿਉਂ ਨਹੀਂ ਸੀ ਇਹਨਾਂ ਦੇ ਦੇਣ ਵਾਲੇ ਔਰ ਅੱਜ ਹੀ ਸ਼ੁਰੂ ਹੋਣ ਵਾਲੇ ਕਿਉਂ ਉਹੀ ਦੇ ਰਿਹਾ ਜਿਨ੍ਹਾਂ ਦਾ ਕਿਤੇ ਨਾ ਕਿਤੇ ਪਛੋਕੜ ਕਿਸੇ ਉਸ ਰਾਜਨੀਤਿਕ ਦਲਾਂ ਦੇ ਨਾਲ ਰਿਹਾ ਹੋਵੇ ਸੋ ਇਹ ਇੱਕ ਛੜਜੰਤਰ ਦੇ ਰੂਪ ਦੇ ਵਿੱਚ ਮਾਨਯ ਮੋਦੀ ਜੀ ਨੂੰ ਬਦਨਾਮ ਕਰਨ ਦੇ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਮੋਦੀ ਜੀ ਦਾ ਸਿੱਕਾ ਚੱਲ ਰਿਹਾ ਔਰ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਉਸ ਨਾਂ ਨੂੰ ਬਦਨਾਮ ਕੀਤਾ ਜਾਏ ਔਰ ਉਹਦੇ ਚ ਦੇਸ਼ ਜਾਏ ਬਾੜ ਮੇ ਔਰ ਦੇਸ਼ ਉਹਨਾਂ ਨੇ ਇਹ ਵੀ ਨਹੀਂ ਕਿਤੇ ਪਿੱਛੇ ਸੋਚਦੇ ਔਰ ਮੈਂ ਉਹਨਾਂ ਨੂੰ ਐਸੇ ਵਿਅਕਤੀਆਂ ਨੂੰ ਕਿਤੇ ਵੀ ਇੰਟੈਲੈਕਚੁਅਲ ਜਾਂ ਬੁੱਧੀਜੀਵੀ ਨਹੀਂ ਸਮਝਦਾ ਜਿਹੜੇ ਪੂਰੀ ਦੁਨੀਆ ਦੇ ਵਿੱਚ ਆਪਣੇ ਦੇਸ਼ ਨੂੰ ਬਦਨਾਮ ਕਰਨ ਦੇ ਵਿੱਚ ਇਹੋ ਜਿਹੇ ਕੰਮ ਕਰ ਰਹੇ ਆ ਪਰ ਉਹ ਰੋਜ਼ ਕਿਸ ਤਰ੍ਹਾਂ ਪ੍ਰਗਟ ਕਰਨ ਫਿਰ ਰੋਜ਼ ਪ੍ਰਗਟ ਕਰਨ ਦੇ ਜਿਹੜੇ ਕੰ ਤਰੀਕੇ ਹੋਰ ਬਦੇ ਰਹੇ ਆ ਔਰ ਪੂਰੀ ਦੁਨੀਆ ਦੇ ਵਿੱਚ ਦੇਸ਼ ਨੂੰ ਜਿੱਥੇ ਅਸੀਂ ਅੱਜ ਵਿਕਸਿਤ ਕਰਨ ਦੀ ਗੱਲ ਕਰਦੇ ਆ ਮੇਕ ਇਨ ਇੰਡੀਆ ਦੀ ਗੱਲ ਕਰ ਪੂਰੀ ਦੁਨੀਆ ਇਧਰ ਨੂੰ ਧਿਆਨ ਕਰ ਰਹੀ ਹੈ ਕਰਸ਼ਿਤ ਹੋ ਰਹੀ ਹੈ ਉੱਥੇ ਅਸੀਂ ਉਹਨਾਂ ਨੂੰ ਇਹਕਰਸ਼ਨ ਨੂੰ ਖਤਮ ਕਰਨ ਦੇ ਵਿੱਚ ਆਪਣਾ ਯੋਗਦਾਨ ਔਰ ਇਹ ਮੈਂ ਕਿਤੇ ਨਾ ਕਿਤੇ ਆਪਣੇ ਨਿੱਜੀ ਸਵਾਰਥਾਂ ਲਈ ਆਪਣੇ ਰਾਜਨੀਤਿਕ ਸਵਾਰਥਾਂ ਦੇ ਲਈ ਅਸੀਂ ਦੇਸ਼ ਨੂੰ ਦਾਅ ਉੱਤੇ ਲਗਾ ਰਹੇ ਹਾਂ ਇਹ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਪਹੁੰਚਾਏਗਾ ਔਰ ਇਹਦੇ ਲਈ ਮੈਂ ਉਹਨਾਂ ਸਾਥੀਆਂ ਦੇ ਕੋਲ ਵੀ ਤੁਹਾਡੇ ਮਾਧਿਅਮ ਨਾਲ ਨਵੇਦਨ ਬੇਨਤੀ ਕਰਾਂਗਾ ਕਿ ਘੱਟੋ-ਘੱਟ ਰੋਸ ਕਰਨ ਦੇ ਤੁਹਾਡੇ ਕੋਲ ਹੋਰ ਬਹੁਤ ਹੀ ਲੋਕਤੰਤਰ ਦੇ ਵਿੱਚ ਬਹੁਤ ਤਰੀਕੇ ਨੇ ਪਰ ਦੇਸ਼ ਦੀ ਪ੍ਰਭੂਸਤਾ ਦੇਸ਼ ਤੇ ਮਾਣ ਨੂੰ ਸਤਕਾਰ ਨੂੰ ਕਿਤੇ ਦਾਅ ਉੱਤੇ ਲਾ ਕੇ ਆਪਣਾ ਇਹ ਰੋਸ ਪ੍ਰਗਟ ਕਰਕੇ ਦੇਸ਼ ਨੂੰ ਬਦਨਾਮ ਕੰਦ ਵਿੱਚ ਆਪਣਾ ਯੋਗਦਾਨ ਨਹੀਂ ਪਾਉਣਾ ਇਹ ਮੈਂ ਮੈਸੇਜ ਸਮਾ ਤੁਹਾਡੇ ਮਾਧਮ ਦੇ ਨਾਲ ਪੂਰੇ ਦੇਸ਼ ਵਾਸੀਆਂ ਨੂੰ ਦਿਆਂਗਾ ਕਿ ਇਸ ਦੇਸ਼ ਦਾ ਨਾਂ ਉੱਚਾ ਹੋਏਗਾ ਤੇ ਤੁਹਾਡਾ ਨਾਂ ਵੀ ਉੱਚਾ ਹੋਏਗਾ ਜੇ ਕਿਤੇ ਇਸ ਵਿੱਚ ਕਿਤੇ ਦੇਸ਼ ਦੀ ਬਦਨਾਮੀ ਹੋਏਗੀ ਤੇ ਤੁਸੀਂ ਵੀ ਕਿਤੇ ਬਹੁਤ ਵੱਡੇ ਆਕਰਸ਼ਣ ਦਾ ਕੇਂਦਰ ਬਣ ਜਾਓਗੇ ਐਸਾ ਨਹੀਂ ਹੋਏਗਾ ਐਸੈਂਪਲ ਜੀ ਇੱਕ ਬਹੁਤ ਸਾਰੀਆਂ ਪਾਰਟੀਆਂ ਦਾ ਇੱਕ ਇਹ ਸਵਾਲ ਵੀ ਆ ਜਾਂਦਾ ਹੈ ਕਿ ਆਰਐਸਐਸ বিজে ਨੂੰ ਬੀਜਪੀ ਨੂੰ ਚਲਾ ਰਹੀ ਹੈ ਬੀਜਪੀ ਆਰਐਸਐਸ ਨੂੰ ਚਲਾ ਰਹੀ ਹੈ ਜਾਂ ਆਰਐਸਐਸ ਬੀਜਪੀ ਨੂੰ ਚਲਾ ਰਹੀ ਹੈ ਇਹ ਮੈਨੂੰ ਬੜਾ ਆਪਣੇ ਆਪ ਚ ਅਜੀਬ ਸਵਾਲ ਲੱਗਦਾ ਹੈ ਕਿ ਤੁਸੀਂ ਸਵੇਰੇ ਹੁਣੇ ਅੱਧਾ ਘੰਟਾ ਤੋਂ ਬੀਜਪੀ ਨੂੰ ਲੈ ਕੇ ਸਵਾਲ ਕਰ ਰਹੇ ਸੀ ਔਰ ਹੁਣ ਤੁਹਾਨੂੰ ਸ਼ੰਕਾ ਕਿਉਂ ਪੈ ਗਈ ਮੈਨੂੰ ਬੜਾ ਇਸ ਤਰ੍ਹਾਂ ਕਿ ਇਹਦੇ ਚ ਕੋਈ ਸ਼ੰਕਾ ਨਹੀਂ ਕਿ ਬੀ ਆਰਐਸਐਸ ਇੱਕ ਰਾਸ਼ਟ੍ਰ ਦੀ ਜਿਹੜੀ ਆ ਰਾਜਨੀਤਿਕ ਜਿਹੜਾ ਆਰਗੇਨਾਈਜੇਸ਼ਨ ਹੈ ਆਰੋਹੀ ਰਾਸ਼ਟਰ ਦੇ ਨਿਰਮਾਣ ਦੇ ਲਈ ਜਿਹੜੀ ਸੋਚ ਹਿੰਦੂ ਰਾਸ਼ਟਰ ਦੇ ਨਿਰਮਾਣ ਦੀ ਗੱਲ ਕਰ ਰਿਹਾ ਰਾਸ਼ਟਰ ਦੇ ਨਿਰਮਾਣ ਦੇ ਲਈ ਮੈਂ ਤੁਸੀਂ ਹਿੰਦੂ ਰਾਸ਼ਟਰ ਦਾ ਕਿਤੇ ਸ਼ਬਦ ਨਹੀਂ ਆਇਆ ਇਸ ਤਰ੍ਹਾਂ ਮੈਂ ਆਨੰਦ ਨਹੀਂ ਦੋ ਮਿੰਟ ਤੱਕ ਮੈਂ ਉਹਦੀ ਕਲੀਅਰ ਕਰਦਾ ਕਿ ਹਿੰਦੂਤਵ ਦੀ ਗੱਲ ਕਰਦਿਆ ਔਰ ਹਿੰਦੂਤਵ ਦੀ ਪਰਿਭਾਸ਼ਾ ਨੂੰ ਇਸ ਗੱਲ ਨੂੰ ਕਹਿਣ ਤੋਂ ਪਹਿਲਾਂ ਸਾਨੂੰ ਉਸ ਹਿੰਦੂਤਵ ਦੀ ਪਰਿਭਾਸ਼ਾ ਜਿਹੜੀ ਉਹ ਸਮਝੀ ਕੋ ਕਿ ਜੇ ਤੁਸੀਂ ਕਿਸੇ ਦੂਸਰੇ ਜਾਪਾਨ ਚ ਰਹਿੰਦੇ ਹੋ ਤਾਂ ਜਾਪਾਨੀ ਕਹਾਉਣੇ ਹੋ ਅਮਰੀਕਾ ਚ ਰਹੋਨੇ ਅਮਰੀਕੀ ਕਹਾਉਣੇ ਆ ਜੇ ਪਾਕਿਸਤਾਨ ਚ ਰਹੋਨੇ ਪਾਕਿਸਤਾਨੀ ਕਹਾਉਣੇ ਆ ਹਿੰਦੁਸਤਾਨ ਚ ਜਿਹੜੀ ਪਾਕੀ ਕਹਾਉਣੇ ਆ ਪਾਕੀ ਕਹਿੰਦੇ ਕਿ ਨਹੀਂ ਪਾਕ ਕਹਿੰਦੇ ਆ ਜਾਂ ਉਹਨੂੰ ਤੇ ਹਿੰਦੁਸਤਾਨ ਚ ਰਹਿਣ ਵਾਲਿਆਂ ਨੂੰ Hindu ਕਿਉਂਕਿ ਇਹ ਸਿੰਧੂ ਤੋਂ Hindu ਬਣਿਆ ਉਹ Hindu ਕਹਿੰਦੇ ਆ ਅੱਜ ਤੋਂ ਮੈਂ ਮਿਡਲ ਈਸਟ ਚ ਰਿਹਾ ਹਾਂ ਉੱਥੇ ਕਿਤੇ ਨਹੀਂ ਕਹਿੰਦੇ ਕਿ ਇੰਡੀਆ ਜਾਂ ਉਹ ਭਾਰਤ ਜਾਂ ਉਹ ਹੋਰ ਕੁਝ ਨਹੀਂ ਉਹ ਮੇਨ ਹੈ ਤੇ ਹਿੰਦੀ ਹੁਣ ਮੇਰੀ ਇਹਦਾ ਮਤਲਬ ਤੁਹਾਡੀ ਭਾਸ਼ਾ ਸਾਰਿਆਂ ਦੀ ਹਿੰਦੀ ਹੈ ਸਾਰਿਆਂ ਦੀ ਤੁਹਾਡੇ ਮਤਲਬ ਕਹਿੰਦਾ ਮਤਲਬ ਹੈ ਕਿ ਸਭ ਨੂੰ Hindu ਕਹਿਣਾ ਚਾਹੀਦਾ Hindu ਕਹਿਣ ਦਾ ਮਤਲਬ ਇੱਕ ਸਾਡੀ ਰਾਸ਼ਟਰੀਤਾ ਦਾ ਇੱਕ ਵਿਚਾਰਧਾਰਾ ਦਾ ਮਤਲਬ ਹੈ ਜਿਹੜਾ ਵਿਅਕਤੀ ਇਸ ਹਿੰਦੁਸਤਾਨ ਦਾ ਅੰਗ ਹੈ ਉਹ ਇਸ ਨੂੰ ਨਿਮਨ ਕਰਦਾ ਹੈ ਉਹ ਹਿੰਦੂ ਹੋ ਚਾਹੇ ਈਸਤੈ ਨਾ ਚਾਹੇ ਮੁਸਲਮਾਨਾ ਚਾਹੇ ਕੋਈ ਵੀ ਹੈ ਇੱਕ ਹਿੰਦੂ ਤਵ ਦਾ ਮਤਲਬ ਉਸ ਜਿਹੜੀ ਉਸ ਵਿਚਾਰਧਾਰਾ ਦੇ ਨਾਲ ਜੁੜਿਆ ਹੋਣਾ ਹੈ ਉਹਦੇ ਨਾਲ ਕਿਤੇ ਸਿੱਖ ਹਿੰਦੂ ਮੁਸਲਮਾਨ ਈਸਾਈ ਦਾ ਮਤਲਬ ਨਹੀਂ ਹੈ ਪਰ ਇਹ ਤੁਸੀ ਨਮੂਨਾ ਹੈਗਾ ਤਾਂ ਉਸ ਤੇ ਥੋਪਣ ਦੀ ਕੋਸ਼ਿਸ਼ ਕਿਸੇ ਦੇ ਉੱਤੇ ਕੋਈ ਥੋਪਣ ਦੀ ਤੇ ਕਿਸੇ ਨੂੰ ਮੰਨੇ ਤੇ ਮੰਨੇ ਨਹੀਂ ਮੰਨੇ ਤੇ ਕਿਸੇ ਥੋਪ ਦੱਸੋ ਕਿਹਦੇ ਤੇ ਫੜ ਕੇ ਗਲੋ ਫੜ ਕੇ ਕਿਹਨੂੰ ਕਾਇਆ ਕਿਸੇ ਨੂੰ ਕਿਹਾ ਕਿ ਗਲੋਂ ਫੜ ਕੇ ਕਿਸੇ ਨੂੰ ਵੱਲ ਕਿਉਂ ਹੁੰਦਾ ਹੈ ਕਿ ਜੇ ਦੇਸ਼ ਦਾ ਸੈਂਸਸ ਆਉਂਦਾ ਉਹਦੇ ਵਿੱਚ ਮੁਸਲਮ ਆਬਾਦੀ ਦੀ ਗੱਲ ਕੀਤੀ ਜਾਂਦੀ ਕਿ ਉਹ ਵੱਧ ਗਈ ਹੈ ਤਾਂ ਇੰਨਾ ਸੰਸਨੀ ਕਿਉਂ ਫੈਲ ਜਾਂਦੀ ਹੈ ਜੇ ਵੱਧ ਰਹੀ ਹੈ ਤਾਂ ਕੀ ਪ੍ਰੋਬਲਮ ਹੈ ਗੱਲ ਵੱਧ ਦੀ ਜਾਂ ਘਟ ਦੀ ਗੱਲ ਨਹੀਂ ਹੈ ਹੂੰ ਚਿੰਤਾ ਉੱਥੇ ਆਉਂਦੀ ਹੈ ਕਿ ਜਿੱਥੇ ਸਾਡੇ ਉਸ ਦੇਸ਼ ਦੇ ਝੰਡੇ ਦਾ ਅਪਮਾਨ ਹੋ ਜਾਏ ਤੇ ਦੂਸਰੇ ਦੇਸ਼ ਦੇ ਝੰਡੇ ਦਾ ਸਨਮਾਨ ਹੋ ਜਾਏ ਇਹ ਚਿੰਤਾ ਇਸ ਕਰਕੇ ਆ ਅਨੱਥਾ ਕਿਸੇ ਦੇ ਹਿੰਦੂ ਹੋਣ ਤੇ ਕਿਸੇ ਦੇ ਮੁਸਲਮ ਹੋਣ ਤੇ ਨਹੀਂ ਅੱਜ ਅਸੀਂ ਜਿਹੜਾ ਅਬਦੁਲ ਕਲਾਮ ਨੂੰ ਸਭ ਤੋਂ ਸਤਕਾਰ ਜਿਹੜਾ ਆ ਉਹ ਕੌਣ ਦਿੰਦਾ ਹੈ ਔਰ ਉਹਨੇ ਦੇਸ਼ ਦਾ ਨਾਂ ਉੱਚਾ ਕੀਤਾ ਹੈ ਦੇਸ਼ ਦੇ ਅਜੋ ਉਹਦੀ ਸਾਡੇ ਲਈ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ ਸਾਨੂੰ ਉਸ ਤਰ੍ਹਾਂ ਦੇ ਮੁਸਲਮਾਨ ਚਾਹੀਦੇ ਆ ਠੀਕ ਹੈ ਨਾ ਔਰ ਨਾ ਕਿ ਸਾਡੇ ਦੂਸਰੇ ਮੁਲਕ ਦਾ ਝੰਡਾ ਚੁੱਕਣ ਵਾਲੇ ਸੋ ਇਸ ਚੀਜ਼ ਦੇ ਉੱਤੇ ਇਤਰਾਜ਼ ਸਾਨੂੰ ਕਿਸੇ ਦੇ ਮੁਸਲਮਾਨ ਹੋਣ ਤੇ ਕਿਸੇ ਦੇ ਹਿੰਦੂ ਹੋਣ ਤੇ ਉਹ ਤੋਂ ਸਾਰਿਆਂ ਨੂੰ ਅਧਿਕਾਰ ਹੈ ਇਸ ਦੇਸ਼ ਜਿਹੜਾ ਹੈ ਉਹਦੇ ਸਾਰਿਆਂ ਦੇ ਲਈ ਬਣਿਆ ਔਰ ਸਾਰਿਆਂ ਨੂੰ ਇੱਥੇ ਰਹਿਣ ਦਾ ਪੂਰਾ ਅਧਿਕਾਰ ਹੈ ਉਹ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਸਾਰੇ ਭਾਈਚਾਰਕ ਤੌਰ ਤੇ ਰਹਿਣਾ ਚਾਹੀਦਾ ਸਾਨੂੰ ਐਸੀ ਭਾਵਨਾ ਨਾਲ ਅਸੀਂ ਅੱਗੇ ਵਧ ਰਹੇ ਹਾਂ ਔਰ ਕਿਤੇ ਐਸਾ ਨਹੀਂ ਹੈ ਸਿਰਫ ਇਤਰਾਜ਼ ਜਿਹੜੀ ਤੁਸੀਂ ਚਿੰਤਾ ਦੀ ਗੱਲ ਕੀਤੀ ਹੈ ਚਿੰਤਾ ਉਦੋਂ ਆਉਂਦੀ ਹੈ ਜਦੋਂ ਸਾਡੇ ਮੁਲਕ ਦੇ ਵਿੱਚ ਰਹਿ ਕੇ ਝੰਡਾ ਉਹ ਕਿਸੇ ਦੂਸਰੇ ਮੁਲਕ ਦਾ ਲਾਹਣ ਉਹਦੇ 'ਚ ਮੇਰਾ خیال ਮੈਨੂੰ ਨਹੀਂ ਤੁਹਾਨੂੰ ਵੀ ਚਿੰਤਾ ਹੋਣੀ ਚਾਹੀਦੀ ਹੈ ਸੋ ਇਹਦੇ 'ਚ ਮੈਂ ਤਾਂ ਤੁਹਾਡਾ ਵੀ ਇਸ ਮਾਮਲੇ 'ਚ ਸਾਥ ਲਿਆਂ ਲਾਵਾਂਗਾ ਸੋ ਜਿੱਥੇ ਤੱਕ ਤੁਹਾਡਾ ਸਵਾਲ ਸੀ ਕਿ ਆਰਐਸਐਸ ਬੀਜਪੀ ਹੈ ਜਾਂ ਜੇ ਬੀਜਪੀ ਆਰਐਸਐਸ ਹੈ RSS ਇੱਕ ਵਿਚਾਰਧਾਰਾ ਨਾਲ ਜੁੜੀ ਆ ਉਹ ਦੇਸ਼ ਦੇ ਨਿਰਮਾਣ ਨੂੰ ਰਾਸ਼ਟਰ ਨਿਰਮਾਣ ਦੀ ਵਿਚਾਰਧਾਰਾ ਨੂੰ ਲੈ ਕੇ ਚੱਲੀ ਆ ਇੱਕ ਰਾਸ਼ਟਰ ਦੇ ਲੈ ਕੇ ਚੱਲੀ ਆ ਉਹਦੇ ਚ ਕਿਤੇ ਧਰਮ ਜਾਂ ਦੂਸਰੇ ਦੇ ਨਹੀਂ ਹੈ ਉਹਨੂੰ ਕਿਸੇ ਤਰੀਕੇ ਨਾਲ ਕਿਸੇ ਹੋਰ ਨਜ਼ਰੀਏ ਨਾਲ ਦੇਖਣਾ ਲੋਕਾਂ ਨੇ ਸ਼ੁਰੂ ਕੀਤਾ ਉਹ ਹੁਣ ਉਹਨਾਂ ਦਾ ਨਜ਼ਰੀਆ ਕਿਉਂ ਦੇਖਦੇ ਆ ਮੈਂ ਉਹਦੇ ਤੇ ਤਾਂ ਨਹੀਂ ਜਾਵਾਂਗਾ ਪਰ ਮੈਂ ਕਹਾਂਗਾ ਕਿ ਉਸ ਜਿਹੜਾ ਉਹਨਾਂ ਦੇ ਚਸ਼ਮਾ ਦੂਸਰੇ ਰੰਗ ਦਾ ਪਾਇਆ ਉਹਨੂੰ ਅਗਰ ਉਹ ਲਾ ਕੇ RSS ਨੂੰ ਦੇਖਣਗੇ ਤਾਂ ਉਹ ਸਨਮਾਨ ਦੀ ਨਿਗਾਹ ਨਾਲ ਦੇਖਣਗੇ ਔਰ RSS ਸਿੱਧੇ ਤੌਰ ਤੇ ਕੋਈ ਰਾਜਨੀਤਿਕ ਨਹੀਂ ਹਾਂ ਮੈਂ ਵੀ ਅਗਰ ਕਹਾਗਾ ਤਾਂ ਮੈਂ ਵੀ ਇੱਕ RSS ਦਾ ਇੱਕ ਸਵੈਮ ਸੇਵਕਾਂ ਸਵੈਮ ਸੇਵਕ ਜਰੂਰ RSS ਦਾ ਪਰ ਮੈਂ ਜਿਹੜਾ ਇਸ ਵੇਲੇ ਭਾਰਤੀ ਜਨਤਾ ਪਾਰਟੀ ਇੱਕ ਅਲੱਗ ਇੱਕ ਰਾਜਨੀਤਿਕ ਅਧਾਰ ਆਇਆ ਔਰ RSS ਦੀ ਵਿਚਾਰ ਹੁਣ ਮੈਂ BJP 'ਚ ਰਹਿ ਕੇ ਮੰਦਿਰ ਵੀ ਜਾ ਸਕਦਾ ਤੁਸੀਂ BJP 'ਚ ਰਹਿ ਕੇ ਦੂਸਰੇ ਕਿਸੇ ਪਾਰਟੀ 'ਚ ਗੁਰਦੁਆਰੇ ਵੀ ਜਾ ਸਕਦੇ ਆ ਤੋ ਉਹਨਾਂ ਚੀਜ਼ਾਂ ਨੂੰ ਇਹਦੇ ਨਾਲ ਨਹੀਂ ਜੋੜਿਆ ਜਾ ਸਕਦਾ ਇੱਕ ਵਿਚਾਰਧਾਰਾ ਆ ਸਾਡੀ ਔਰ ਵਿਚਾਰਧਾਰਾ ਅਲੱਗ ਚੀਜ਼ ਆ ਔਰ ਰਾਜਨੀਤੀ ਇੱਕ ਅਲੱਗ ਚੀਜ਼ ਆ ਔਰ ਰਾਜਨੀਤੀ ਅਸੀਂ ਉਸ ਵਿਚਾਰਧਾਰਾ ਦੇ ਨਾਲ ਕਰਦੇ ਆ ਸਾਰਿਆਂ ਨੂੰ ਔਰ ਮੈਂ ਤਾਂ ਇਹ ਵੀ ਕਹਾਗਾ ਕਿ ਬਹੁਤ ਸਾਰੇ ਕਹਿੰਦੇ ਆ ਕਿ ਜੀ ਉਹ ਰਾਜਨੀਤਿਕ ਤੇ ਧਰਮ ਅਲੱਗ-ਅਲੱਗ ਹੋਣੇ ਚਾਹੀਦੇ ਸਾਡੀ ਤਾਂ ਬਾਣੀ ਚ ਲਿਖਿਆ ਹੈ ਹਾਂਜੀ ਧਰਮ ਬਿਰਾਣਾ ਰਾਜ ਚਲੇ ਹਾਂ ਰਾਜ ਬਿਨਾ ਸਭ ਧੜੇ ਮੜੇ ਹੈ ਭਾਵ ਰਾਜ ਜਿਹੜਾ ਸਾਡਾ ਧਰਮ ਦੇ ਨਾਲ ਹੋਣਾ ਚਾਹੀਦਾ ਔਰ ਅਗਰ ਜੇ ਰਾਜ ਨਹੀਂ ਹੈ ਤਾਂ ਸਾਡੀ ਪਹਿਚਾਨ ਨਹੀਂ ਹੈ। ਇਸ ਆਖਰ ਦੇ ਵਿੱਚ ਮੇਰਾ ਇਹ ਤੁਹਾਨੂੰ ਸਵਾਲ ਹੈਗੇ ਕਿ 2017 ਦੇ ਵਿੱਚ ਹੁਣ ਭਾਜਪਾ ਕੀ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਨਾਲ ਲੜ ਕੇ ਇਲੈਕਸ਼ਨ ਲੜਨ ਲਈ ਤਿਆਰ ਹੈਗੀ ਔਰ ਕੀ ਸੋਚਦੇ ਹੈਗੇ ਮੈਂ ਤਾਂ ਫਿਰ ਕਿਹਾ ਮੈਂ ਮੇਰਾ ਹਲ ਪਹਿਲਾਂ ਜਵਾਬ ਦੇ ਚੁੱਕਾ ਪਰ ਇਸ ਤੋਂ ਬਾਅਦ ਵੀ ਫਿਰ ਵੀ ਕਿਉਂ ਸ਼ੰਕਾ ਹੈ ਮੈਨੂੰ ਨਹੀਂ ਸਮਝ ਆਈ ਇਸ ਕਰਕੇ ਐਸੇ ਵੇਲੇ ਤੁਹਾਨੂੰ ਕਿਸੇ ਪੱਖੋਂ ਵੀ ਕਿਸੇ ਤਰ੍ਹਾਂ ਦੀ ਕਿ ਸ਼ੰਕਾ ਮਨ ਚ ਪਾਲ ਕੇ ਅੱਗੇ ਨਹੀਂ ਵਧਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਇਕੱਠੇ ਸੀ ਇਕੱਠੀ ਹੈ ਐਸੀ ਤੁਹਾਨੂੰ ਕਿਤੇ ਸ਼ੰਕਾ ਨਜ਼ਰ ਆਉਣੀ ਨਹੀਂ ਚਾਹੀਦੀ ਮੇਰਾ ਜਿਹੜਾ ਇਹ ਨਵੇਦਨ ਜ਼ਰੂਰ ਹੈ ਤੁਹਾਡੇ ਦਰਮਿਆਨ ਨਾ ਬਾਕੀ ਦੇ ਮੀਟੀਆਂ ਨਹੀਂ ਵੀ ਕਿ ਆਪਾਂ ਇਸ ਜਿਹੜੇ ਵਧੀਆ ਜਿਹੜਾ ਗਠਬੰਧਨ ਚੱਲ ਰਿਹਾ ਇਸ ਨੂੰ ਗਠਬੰਧਨ ਨੂੰ ਰਹਿਣ ਦੇਣ ਦੇ ਵਿੱਚ ਮੀਡੀਆ ਵੀ ਆਪਣਾ ਕੋਈ ਰੋਲ ਅਦਾ ਕਰੇ ਜੀ ਬਿਲਕੁਲ ਸੋ ਇਹ ਸੰ ਵਿਜੇ ਸੰਪਲਾ ਸਾਹਿਬ ਆਪ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਫਾਸਟ ਨਿਊਜ਼ ਨੂੰ ਹੋਰ ਸ਼ਖਸੀਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਂਦੇ ਰਵਾਂਗੇ ਇਸੇ ਤਰ੍ਹਾਂ ਤੁਸੀਂ ਸਾਨੂੰ ਆਪਣਾ ਫੀਡਬੈਕ ਜ਼ਰੂਰ ਦਿਓ news@fastpay.in ਫਿਲਹਾਲ ਇੰਨੀ ਵਿਨੋਦ ਦੀ ਇਜਾਜ਼ਤ ਧੰਨਵਾਦ